हाँ जी, सब तो पहला ही प्यार भरी सत श्री अकाल जिन्हें भी भरा मेरे यूट्यूब से मेरी वीडियो देख रहे हैं जी। अज थोन एक नवी चीज दिखाने जी, मन के चलो भी अचार गठा बन के तो रोल कर दी है, तो एक जानकारी भी लेवे भी जो अचार आप थले पाने वो ना यदा की फर्क आ, तो भी ये चीज किदा की किदा नहीं है, थोड़ा सारा कुछ दिखाने तो आ जाओ। सब तो पहले जी सत श्री अकाल जी, वाहिगुरु जी का खालसा वाहिगुरु जी फतेह जी। अज थानू मिलाने जी हरजीत सिंह जी पिंड घूमन कला जी, तो जिन्होंने थोड़ू आह चीज़ दिखाने इन्होंने आह चीज़ लियादी है जिहड़ी अचार दीआं गट्ठां बनदी है। पहलां तां सिर्फ कलियां अचार पाउंदे सी ते झीरियां दे विच पा दिंदे सी, पर आह नवीं तकनीक आई है, इहदे बारे इन्हां तों अज जानकारी लैणी है। धन्नवाद भाई सारा दा, दर्शकां दा वी बहुत बहुत धन्नवाद। तो हाँ जी, असं यही सवाल पूछना आए थे उस तो अज, तो सानू जल संद सोहना लग्या, मैं पहला भी देख के गया थी उस कुछ जानकारी लेवें, क्योंकि जानकारी तो बिना तो सानू चलती नहीं, बिल्कुल क्योंकि तकनीक होंगी है सारे मेरे हिसाब के भी यह इलैक्ट्रीशियन चीज लगती है, पता है नहीं जी आटोमैटिक। ये रीजन पूछना जी, मैं पहला लोग सके भी पहला मक्की अचार घट पैंता सी, एक्टी है साढ़ बड़ी मक्की बीजी है, जिनी भी कहो भी उन्नी मक्की बीजी आ जिनी भी कहो, तो यही पूछना चाहते भी यदा की बेनीफिट आ जेडे ये चीज़ आ गई यदा की बेनीफिट आ, भी पहला पचेरियां पट के चार पाते थे लोग कहें भी खर्चा घट हों तो यदा की बेनीफिट आ, खर्चा तो बिल्कुल घट से कोई शक नहीं, पर गल यह है भी वो चार जी बेस्ट जो बहुत ज्यादा सी। अच्छा जी, जी तकनीक आ गई बिल्कुल बेस्ट जीरो हो गई, जीरो हो गई जी। हाँ जी, मन के जो जी गठा बनाने खराब नहीं होंगे, बिल्कुल जी बिल्कुल, एक दाना भी एक दाना भी खराब नहीं होंगे जी, क्योंकि गठ बन गई हम कोई कागज कुछ लिफाफा तो नहीं पट देते तो बिल्कुल बिल्कुल, इन इन प्रोपर तरीके पैकिंग करी गई है, पैकिंग कोई वेस्ट वाली माल नहीं, कोई इन्हें खराब नहीं होना, ਜਿਹੜਾ ਇਹ ਪੇਪਰ ਆਉਂਦਾ ਹਾਂਜੀ ਇਹ ਧੁੱਪ ਤੋਂ ਵੀ ਮਤਲਬ ਬਚਾਉਣ ਵਾਸਤੇ ਇਹਨੂੰ ਉਹ ਕਰਦਾ ਤੇ ਕਿੰਨੇ ਕੁ ਚਿਰ ਤੱਕ ਦੀ ਮਨਿਆਦ ਹੈ ਜੀ ਇੱਕ ਆਪਾਂ ਗੱਠ ਬਣਾ ਦਿੰਨੇ ਜੀ? ਮਨਿਆਦ ਇਹਦੀ 14 ਮਹੀਨੇ ਦੀ ਕਹਿੰਦੇ ਆ, ਪਰ ਉਸ ਤੋਂ ਪਹਿਲਾਂ ਇਹ ਵਰਤਿਆ ਜਾਂਦਾ ਨਾ ਜੀ? ਹਾਂ, ਮੰਨ ਕੇ ਚੱਲੋ ਵੀ ਸਾਲ ਕੀ ਮਸਾਂ ਚੱਲਦਾ ਤਕਰੀਬਨ, ਆਪਾਂ ਦਿਖਾਈਏ ਜੀ ਇਹ ਤਾਂ ਅਸੀਂ ਗੱਲਬਾਤ ਹੀ ਤੁਹਾਨੂੰ ਦਿਖਾਉਂਦੇ, ਇੱਧਰ ਮੱਕੀ ਦਾ ਵੀ ਅਚਾਰ ਪਿਆ, ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ। ਪਹਿਲਾਂ ਮਸ਼ੀਨ ਅਸੀਂ ਬੰਦ ਕਰਵਾਈ ਹੈ, ਚੱਲੀ ਜਾਂਦੀ ਸੀ, ਦੇਖੋ ਲੁੱਡਰ ਭਰਿਆ ਖੜਾ ਗਾ, ਉਹ ਤਾਹਾਂ ਵਿੱਚ ਪੈਂਦਾ ਸੀ, ਆਵਾਜ਼ ਬੜੀ ਸੀਗੀ, ਸ਼ੋਰ ਬੜਾ ਸੀ, ਜਿਹਦੇ ਕਰਕੇ ਆਵਾਜ਼ ਨਹੀਂ ਸਹੀ ਆ ਰਹੀ ਸੀਗੀ। ਆਹ ਦੇਖੋ ਜੀ, ਹੁਣ ਮਸ਼ੀਨ ਦਿਖਾਓ ਜੀ, ਸਭ ਤੋਂ ਪਹਿਲਾਂ ਤਾਂ ਬੜਾ ਮੋਟਾ ਜਗਾੜ ਆ, ਸਾਰੀਆਂ ਸ਼ਾਫਟਾਂ ਸ਼ੂਟਾਂ ਪੂਰੀਆਂ ਮੋਟੀਆਂ ਲੱਗੀਆਂ ਹੋਈਆਂ ਜੀ। ਇਹ ਕਿੱਥੋਂ ਦੀ ਬਣੀ ਹੋਈ ਮਸ਼ੀਨ ਹੈ ਜੀ? ਇਹ ਭਾਈ ਆਪਣੇ ਖੜਿਆਲ ਦੀ ਬਣੀ ਹੋਈ ਮਸ਼ੀਨ ਹੈ, ਸਨਾਮ ਕੋਲੇ ਖੜਿਆਲ ਹੈ, ਸਨਾਮ ਕੋਲੇ ਖੜਿਆਲ ਹੈ ਜੀ, ਉੱਥੋਂ ਦੀ ਬਣੀ ਹੋਈ ਹੈ ਜੀ। ਹਾਂ, ਵੈਸੇ ਬਾਹਰ ਦੀਆਂ ਵੀ ਮਸ਼ੀਨਾਂ ਆਉਂਦੀਆਂ ਜੀ। ਅੱਛਾ ਜੀ, ਉਹ ਤਕਨੀਕਾਂ ਬਾਹਰਲੀ ਹੈ ਤਕਨੀਕ ਜੀ? ਤਕਨੀਕ ਸਾਰੀ ਬਾਹਰ ਦੀ ਹੈ, ਸਾਰੇ ਅਸੈਂਬਲ ਇੱਥੇ ਹੋਈ ਹੈ ਜੀ। ਅੱਛਾ, ਇੱਥੇ ਬਣੀ ਹੋਈ ਹੈ ਜੀ ਇਹ? ਮੇਡ ਇਨ ਇੰਡੀਆ ਲਾ ਲਓ, ਮੇਡ ਇਨ ਇੰਡੀਆ ਜੀ। ਠੀਕ ਹੈ ਠੀਕ ਹੈ ਜੀ, ਤੇ ਇਹਦੇ ਬਾਰੇ ਕੋਈ ਜਾਣਕਾਰੀ ਦਿਓਗੇ ਸਾਨੂੰ ਜੀ? ਵੀ ਮੰਨ ਕੇ ਚੱਲੋ ਜਿਵੇਂ ਉਹ ਕਾਗਜ਼ ਟੰਗਿਆ ਪਿਆ ਜੀ, ਇਹ ਬਾਈ ਪੇਪਰ ਜਿਹੜਾ ਉਹ ਰੈਪਿੰਗ ਕਰਨ ਵਾਸਤੇ ਇਹਨੂੰ? ਅੱਛਾ ਜੀ, ਤੇ ਪੈਕਿੰਗ ਕਰਨ ਵਾਸਤੇ ਆ? ਅੱਛਾ ਅੱਛਾ ਜੀ, ਤੇ ਇਹ ਚੈਂਬਰ ਹੈ, ਇਹਦੇ ਵਿੱਚ ਜਿਹੜੀ ਗੱਠ ਆ ਨਾ ਕੰਪਰੈਸ ਹੋਣਾ ਤਿਆਰ ਹੋਣਾ, ਇੱਥੋਂ ਕਰਕੇ ਤੁਰਨੀ ਹੈ ਜੀ ਸਾਰੀ ਗੱਠ, ਗੋਲ ਇੱਥੋਂ ਬਣ ਕੇ ਗੱਠ ਤੁਰਨੀ ਹੈ, ਬਿਲਕੁਲ ਇਸ ਨੂੰ ਮਸ਼ੀਨ ਜੇ ਚੱਲੂ ਤਾਂ ਦਿਖਾਵਾਂਗੇ, ਗੱਠ ਬਣ ਕੇ ਤੁਰਨੀ ਹੈ, ਉਹ ਲਫਾਫਾ ਆਟੋਮੈਟਿਕ ਪਲੇਟਣਾ ਲਫਾਫਾ, ਬਿਲਕੁਲ ਸਾਰੀ ਹਾਂਜੀ ਫੁੱਲ ਆਟੋਮੈਟਿਕ ਮਸ਼ੀਨ, ਫੁੱਲ ਆਟੋਮੈਟਿਕ ਪਈਓ, ਆ ਦੇਖੋ ਜੀ ਸਿਸਟਮ ਲੱਗਿਆ ਹੋਇਆ, ਆ ਸਿਸਟਮ ਜਿਹੜੇ ਆ ਗਏ ਇਲੈਕਟ੍ਰੀਸ਼ਨ ਆ ਗਿਆ ਜੀ, ਉਹ ਦੇਖੋ ਜੀ ਉਹ ਵੀ ਲੱਗਿਆ ਹੋਇਆ, ਇਹਨੂੰ ਚਾਰਜ ਕਰਨ ਨੂੰ ਅਲਟੀਨੇਟਰ ਵੀ ਲੱਗਿਆ ਹੋਇਆ ਹੈਗਾ, ਵੀ ਸਾਰਾ ਇਲੈਕਟ੍ਰੀਸ਼ਨ ਆ ਗਿਆ ਜੀ ਇਹ। ਹਾਂਜੀ ਹਾਂਜੀ, ਇੰਨੀ ਵਨ ਕਿ ਤੋਰੀ ਘੱਟ ਵੱਧ ਵੀ ਕਰ ਦਿੰਦੀ ਕੋਈ? ਹਾਂ ਹੋ ਜਾਂਦੀ ਹੈ, ਹੋ ਜਾਂਦੀ ਹੈ 1 ਕੁਇੰਟਲ 10 ਕਿਲੋ ਦੀ। ਆਹ ਦੇਖੋ ਜੀ, ਆ ਲਫਾਫੇ ਦੀ ਪੈਕਿੰਗ ਕਰੀ ਹੋਈ ਬਿਲਕੁਲ ਜੀ, ਇਹ ਆਪਾਂ ਤੋਂ ਪਹਿਲਾਂ ਫੌਰਨਾਂ ਜੇ ਚੀਜ਼ਾਂ ਦੇਖਦੀ ਸੀ ਜਿਹੜੀਆਂ ਹੁਣ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਹੀਆਂ ਹੀ ਆ। ਡੇਟ ਬਾਈ ਡੇਟ ਆਪੂ ਮਿਲਦੀ ਹੈ ਬਾਈ ਇਹਦੇ? ਅੱਛਾ ਅੱਛਾ ਜੀ, ਬਕਾਇਦਾ ਤੇ ਲਾਟ ਨੰਬਰ ਲਾ, ਲਾਟ ਨੰਬਰ ਲੱਗਿਆ ਹੋਇਆ, ਲਿਖਿਆ ਹੋਇਆ ਇਧਰਲੇ ਪਾਸੇ 5 ਨੰਬਰ, ਆਹ ਨੰਬਰ ਇਦਾਂ ਆਹ ਤਰੀਕ ਦਾ ਬਣਿਆ ਹੋਇਆ ਜੀ। ਇਹ ਮਾਲ ਸੋਡਾ ਆ ਗਿਆ ਸਾਰਾ, ਜਿਹੜਾ ਆਪ ਮੁੱਲ ਲੈ ਕੇ ਬਣਾ ਰਹੇ ਹਾਂ ਜੀ। ਬਿਲਕੁਲ, ਇਹ ਆਪਾਂ ਮੱਕੀ ਮੁੱਲ ਲੈ ਕੇ ਤਿਆਰ ਕਰਦੇ ਹਾਂ। ਤੇ ਕੀ ਰੇਟ ਗੱਠਾ ਜੀ, ਅਸੀਂ ਥੋਥੋਂ ਲੈਣੀ ਹੋਵੇ ਤੁਹਾਡੀ ਮੱਕੀ ਬਣਾ ਕੇ ਗੱਠ ਦੀ? ਇਹ 800 ਰੁਪਏ ਪ੍ਰਤੀ ਕੁਇੰਟਲ ਹੈ ਜੀ। 800 ਰੁਪਏ ਪ੍ਰਤੀ ਕੁਇੰਟਲ ਹੈ ਜੀ, ਤੇ ਜੇ ਅਸੀਂ ਬਣਵਾਉਣੀ ਹੋਵੇ ਜੀ ਫਿਰ 250 ਰੁਪਏ ਦੇ। 250 ਰੁਪਏ ਪ੍ਰਤੀ ਕੁਇੰਟਲ, ਕਿੰਨਾ ਕੁ ਮਾਲ ਕੱਢ ਦਿੰਦੀ ਹੈ ਘੰਟੇ 'ਚ ਜੀ? ਇਹ ਘੰਟੇ 'ਚ ਲਗਭਗ 30-35 ਕਿੱਠਾ, 30-35 ਕਿੱਠਾ ਬਣਾ ਦਿੰਦੀ ਹੈ। ਖਰਚਾ ਵੀ ਜ਼ਿਆਦਾ ਹੈਗਾ, ਡੀਜ਼ਲ ਮਹਿੰਗੇ ਆ, ਜਨਰੇਟਰ ਚੱਲੀ ਜਾਂਦਾ, ਕਨੈਕਸ਼ਨ ਤਕਰੀਬਨ ਮਿਲਿਆ ਨਹੀਂ ਹੋਣਾ ਸਾਨੂੰ।
ਕਨੈਕਸ਼ਨ ਹਾਂ ਲੱਗਣਗੇ ਜੀ 5 ਸੱਤ ਤੇ ਡੀਜ਼ਲ ਵੀ ਬਹੁਤ ਮਹਿੰਗਾ ਹੋ ਜਾਂਦਾ ਮਹਿੰਗਾਈ ਸਾਰੇ ਕੱਸਦੀ ਆ ਗਈ ਜੀ ਇਹ ਗੱਲ ਨਹੀਂ ਹੈਗੀ ਤੇ ਬਾਕੀ ਆਪਣਾ ਐਡਰੈਸ ਦੇ ਦਿਓ ਜੀ ਜੱਠਾ ਮਾਉਣ ਆਏ ਨੂੰ ਤਾਂ ਆਪਣਾ ਨੰਬਰ ਬੋਲ ਦਿਓ ਭਾਈ ਮੇਰਾ ਨਾਮ ਹਰਜੀਤ ਸਿੰਘ ਹੈ ਪਿੰਡ ਘੁੰਮਣ ਕਲਾਂ ਜਿਹੜਾ ਆਪਣਾ ਪਲਾਂਟ ਲੱਗਿਆ ਹੋਇਆ ਇਹ ਮੌੜ ਮੰਡੀ ਦੇ ਵਿੱਚ ਲੱਗਿਆ ਹੋਇਆ ਹੈਗਾ ਅੰਡਾਇਨ ਗੈਸ ਏਜੰਸੀ ਦੇ ਗਰਾਊਂਡ ਦੇ ਬਿਲਕੁਲ ਨਾਲ ਹੈ ਜੇ ਡੀ ਬੀ ਟਾਇਲ ਦੇ ਬੈਕ ਸਾਈਡ ਅਤੇ ਮੇਰਾ ਨੰਬਰ 98 151 32 714 बठिंडे किए कैंचियां टप्पण सार आउंदा जे आप इधरों आवे तो कैंचियां तो पहला आउंदा मानसा किनी आवे प्रोपर रेट है जी आपर सॉरी प्रोपर थानू दस्या गया सारा कुछ एदा भी कित्थे आ बाकी लोकेशन जे पई सतो दी लोकेशन भी पावांगे बाकी थानू चलदी दिखावांगे नंबर देता जे किसी ने वीरे वीर भाई ने गठां बनवाउणियां तां खालसा जी नाल कनैक्ट करिओ जी बिल्कुल धन्नवाद जी। Oh yeah.